ਇਹ ਇਹ ਪੁਰਾਣੀ ਸਿੰਚਾਈ ਵਾਲੀ ਖੁਰਪੀ ਦਾ ਮਾਡਲ ਹੈ ਇਸ ਲਈ ਤੁਹਾਨੂੰ ਕਾਗਜ਼ ਦਾ ਕੱਪ ਸਾਈਕਲ ਦਾ ਗੱਜ ਤੇ ਦੋ ਰੰਗਦਾਰ ਧਾਗੇ ਚਾਹੀਦੇ ਹਨ ਕੱਪ ਨੂੰ ਦਿਖਾਏ ਗਏ ਤਰ੍ਹਾਂ ਗੱਜ ਨਾਲ ਟੰਗ ਦਿਓ ਜਿਸ ਦੇ ਵਿੱਚਕਾਰ ਦੋ ਚਿੱਟੇ ਧਾਗੇ ਹੋਣ ਤੇ ਇੱਕ ਪਾਸੇ ਹਰੇ ਇਹ ਥੱਲੇ ਵਾਸੇ ਦਾ ਦ੍ਰਿਸ਼ ਹੈ ਜਿਵੇਂ ਤੁਸੀਂ ਹਰੇ ਧਾਗਿਆਂ ਨੂੰ ਹਿਲਾਓਗੇ ਤਾਂ ਕੱਪ ਟੇਡਾ ਹੋ ਜਾਵੇਗਾ ਅਤੇ ਉਸ ਦਾ ਸਮਾਨ ਥੱਲੇ ਆ ਜਾਵੇਗਾ ਕੱਪ ਨੂੰ ਬਟਨ ਨਾਲ ਭਰ ਦਿਓ ਹੁਣ ਜਦੋਂ ਤੁਸੀਂ ਹਰੇ ਧਾਗਿਆਂ ਨੂੰ ਹਿਲਾਓਗੇ ਤਾਂ ਕੱਪ ਟੇਡਾ ਹੋ ਜਾਵੇਗਾ ਤੇ ਬਟਨ ਥੱਲੇ ਡਿੱਗ ਜਾਣਗੇ ਸਿੰਚਾਈ ਵਾਲੀ ਖੁਰਪੀ ਲੈਡਲ ਆਮ ਤੌਰ ਤੇ ਤ੍ਰਿਕੋਣੀ ਹੁੰਦੀ ਹੈ ਅਤੇ ਇੱਥੇ ਤੁਸੀਂ ਉਸ ਨੂੰ ਕੰਮ ਕਰਦੇ ਦੇਖ ਸਕਦੇ ਹੋ